ਏਟੀਐਮ ਚੋਂ ਪੈਸੇ ਨਹੀਂ ਹੋਏ ਚੋਰੀ ਤਾਂ ਪੱਟ ਕੇ ਲੈ ਗਏ ਸੀ। ਖਾਲੀ ਹੱਥ ਨਹੀਂ ਮੁੜੇ ਚੋਰ, ਵੇਖੋ ਕਿਵੇਂ ਕਰ ਗਏ ਵੱਡੀ ਵਾਰਦਾਤ। ਤਾਂ ਦੱਸ ਦੇ ਕਿ ਚੋਰਾਂ ਦੇ ਵੱਲੋਂ ਰਾਤ ਦੇ ਸਮੇਂ ਇੱਕ ਬੈਂਕ ਦੇ ਏਟੀਐਮ ਦੇ ਵਿੱਚ ਵੜ ਕੇ ਕੈਸ਼ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਇਸ ਦੇ ਵਿੱਚ ਅਸਫਲ ਹੁੰਦੇ ਨੇ, ਜਿਸ ਤੋਂ ਬਾਅਦ ਉਹ ਬੈਂਕ ਦੇ ਵਿੱਚ ਲੱਗੇ ਏਸੀ ਨੂੰ ਹੀ ਮੌਕੇ ਤੋਂ ਪੱਟ ਕੇ ਲੈ ਜਾਂਦੇ ਨੇ। ਤਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਏ ਨੇ, ਜਿਸ ਦੇ ਵਿੱਚ ਚੋਰ ਫਰਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਕੋਟਕ ਮਹਿੰਦਰਾ ਬੈਂਕ ਦੇ ਵਿੱਚ ਇਹਨਾਂ ਦੇ ਵੱਲੋਂ ਦਾਖਲ ਹੋ ਕੇ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਦੇ ਵੱਲੋਂ ਮੌਕੇ ਤੋਂ ਕੈਸ਼ ਚੋਰੀ ਨਹੀਂ ਹੁੰਦਾ, ਤਾਂ ਇਹ ਉੱਥੇ ਲੱਗਿਆ ਏਸੀ ਨੂੰ ਹੀ ਪੱਟ ਕੇ ਲੈ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਤਾਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ 4 ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਮੌਕੇ ਤੋਂ ਚੋਰੀ ਕੀਤੇ ਹੋਏ 2 ਏਸੀ ਬਰਾਮਦ ਕਰ ਲਏ ਗਏ ਨੇ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਖੰਨੇ ਤੋਂ ਸਾਹਮਣੇ ਆਇਆ, ਜਿੱਥੇ ਏਟੀਐਮ ਦੇ ਵਿੱਚ ਇਹ ਚੋਰੀ ਕਰਨ ਦੇ ਲਈ ਚੋਰ ਵੜਦੇ ਨੇ, ਤਾਂ ਮੌਕੇ ਤੋਂ ਇਹਨਾਂ ਤੋਂ ਕੈਸ਼ ਚੋਰੀ ਨਹੀਂ ਹੁੰਦਾ, ਜਿਸ ਤੋਂ ਬਾਅਦ ਉੱਥੇ ਏਸੀ ਲੱਗੇ ਹੁੰਦੇ ਨੇ, ਤਾਂ ਇਹ ਏਸੀ ਨੂੰ ਹੀ ਪੱਟ ਕੇ ਲੈ ਜਾਂਦੇ ਨੇ। ਤਾਂ ਜਿਵੇਂ ਹੀ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ, ਤਾਂ 24 ਘੰਟਿਆਂ ਦੇ ਅੰਦਰ ਪੁਲਿਸ ਦੇ ਵੱਲੋਂ 4 ਚੋਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਮਾਮਲਾ ਦਰਜ ਕਰ ਲਿਆ ਗਿਆ। ਕਿ ਕੱਲ ਰਾਤ 4 ਬੰਦਿਆਂ ਨੇ ਕੋਟਕ ਮਹਿੰਦਰਾ ਬੈਂਕ ਦੇ ਅੰਦਰ ਘੁਸ ਕੇ ਉਹਦਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ, ਉਹਦਾ ਵਾਲਟ ਤੋੜਨ ਦੀ ਕੋਸ਼ਿਸ਼ ਕੀਤੀ, ਉਸ ਵਿੱਚੋਂ ਨਾਕਾਮਯਾਬ ਰਹੇ। ਬਟ ਉਹਦੇ ਬੈਂਕ ਦੇ ਅੰਦਰੋਂ 2 ਏਸੀ ਅਤੇ 1 ਡੀਵੀਆਰ ਚੋਰੀ ਕਰਕੇ ਲੈ ਗਏ। ਜਦੋਂ ਅਸੀਂ ਆਸ ਪਾਸ ਇਮੀਡੀਏਟਲੀ ਪੁਲਿਸ ਪਾਰਟੀ ਪਹੁੰਚੇ ਤੇ ਪਹੁੰਚੇ, ਆਸ ਪਾਸ ਤੋਂ ਸੀਸੀਟੀਵੀ ਕੈਮਰਾਸ ਚੈੱਕ ਕੀਤੇ, ਤਾਂ ਅਸੀਂ ਸੀਸੀਟੀਵੀ ਕੈਮਰਾ ਦੇ ਅੰਦਰ ਇੱਕ ਅਸੀਂ ਜਿਹੜਾ ਉੱਥੇ ਦੋਸ਼ੀ ਸਾਨੂੰ ਪਹਿਚਾਨਿਆ। ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਉਹਦਾ 109 ਦਾ ਕਲੰਦਰਾ ਤਿਆਰ ਕਰਕੇ ਉਹਨੂੰ ਜੇਲ੍ਹ ਭੇਜਿਆ ਸੀਗਾ। ਉਸਦਾ ਨਾਮ ਸੀ ਰਿੰਕੂ, ਸਨ ਆਫ ਵਿਜੇ ਕੁਮਾਰ, ਰੈਜੀਡੈਂਟ ਆਫ ਦਰਾਹਾ। ਪੁਲਿਸ ਪਾਰਟੀ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਉਹਨੂੰ ਫੜ ਲਿਆ ਅਤੇ ਉਹਦੀ ਫਰਦਰ ਇੰਟੈਰੋਗੇਸ਼ਨ 'ਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਜਿਹੜੇ 3 ਸਾਥੀ ਸੀ ਉਹਨਾਂ ਦੇ ਨਾਮ ਹੈਗੇ ਨੇ ਅਰੁਣ ਕੁਮਾਰ, ਸਨ ਆਫ ਇੰਦਰਜੀਤ ਸਿੰਘ, ਰੈਜੀਡੈਂਟ ਆਫ ਸਤਨਾਮ ਨਗਰ ਦਰਾਹਾ, ਸਾਹਿਲ, ਸਨ ਆਫ ਬੁੱਲੇ ਕੁਮਾਰ, ਰੈਜੀਡੈਂਟ ਆਫ ਦਰਾਹਾ, ਸੋਨੂ ਕੁਮਾਰ, ਸਨ ਆਫ ਨਰੇਸ਼ ਸਾਹ, ਰੈਜੀਡੈਂਟ ਆਫ ਸਤਨਾਮ ਨਗਰ ਦਰਾਹਾ। ਦਰਾਹਾ ਪੁਲਿਸ ਨੇ ਇਮੀਡੀਏਟਲੀ ਐਕਟ ਕਰਦੇ ਤਿੰਨਾਂ ਨੂੰ ਵੀ ਫੜਿਆ ਅਤੇ ਜੋ ਉਹਨਾਂ ਦਾ ਸਮਾਨ ਚੋਰੀ ਕੀਤਾ ਸੀ 2 ਏਸੀ ਅਤੇ ਡੀਵੀਆਰ, ਉਸ ਇਮੀਡੀਏਟਲੀ ਬਰਾਮਦ ਕਰ ਲਿਆ। ਇਸ ਤੋਂ ਬਾਅਦ ਇਹਨਾਂ ਉੱਤੇ FIR 51 ਅੰਡਰ ਸੈਕਸ਼ਨ 380, 457, 427, 511 IPC ਲੌਂਚ ਕੀਤੀ ਗਈ ਜੀ। ਰਿੰਕੂ ਅਤੇ ਸੋਨੂ ਉਹਦੇ ਪਹਿਲਾਂ ਆਲਰੇਡੀ ਮੁਕੱਦਮੇ ਦਰਜ ਹਨ। ਅਰੁਣ ਅਤੇ ਸਾਹਿਲ ਦਾ ਅਸੀਂ ਫਰਦਰ ਹਜੇ ਤਫਤੀਸ਼ ਕਰ ਰਹੇ ਹਾਂ ਜੀ। ਅੱਜ ਇਹਨਾਂ ਦਾ ਰਿਮਾਂਡ ਲਿੱਤਾ ਜਾ ਰਿਹਾ ਹੈ ਅਤੇ ਰਿਮਾਂਡ ਤੋਂ ਬਾਅਦ ਜੋ ਵੀ ਉਹ ਚੀਜ਼ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਪਹਿਲਾਂ ਕਿਸ ਕਿਸ ਚੋਰੀ 'ਚ ਇਨਵੋਲਵ ਹਨ। ਏਟੀਐਮ 'ਚੋਂ ਪੈਸੇ ਨਹੀਂ ਹੋਏ ਚੋਰੀ ਤਾਂ ਪੱਟ ਕੇ ਲੈ ਗਏ ਸੀ। ਖਾਲੀ ਹੱਥ ਨਹੀਂ ਮੁੜੇ ਚੋਰ, ਵੇਖੋ ਕਿਵੇਂ ਕਰ ਗਏ ਵੱਡੀ ਵਾਰਦਾਤ। ਤਾਂ ਦੱਸ ਦੇ ਕਿ ਚੋਰਾਂ ਦੇ ਵੱਲੋਂ ਰਾਤ ਦੇ ਸਮੇਂ ਇੱਕ ਬੈਂਕ ਦੇ ਏਟੀਐਮ ਦੇ ਵਿੱਚ ਵੜ ਕੇ ਕੈਸ਼ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਇਸ ਦੇ ਵਿੱਚ ਅਸਫਲ ਹੁੰਦੇ ਨੇ, ਜਿਸ ਤੋਂ ਬਾਅਦ ਉਹ ਬੈਂਕ ਦੇ ਵਿੱਚ ਲੱਗੇ ਏਸੀ ਨੂੰ ਹੀ ਮੌਕੇ ਤੋਂ ਪੱਟ ਕੇ ਲੈ ਜਾਂਦੇ ਨੇ। ਤਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਏ ਨੇ, ਜਿਸ ਦੇ ਵਿੱਚ ਚੋਰ ਫਰਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਕੋਟਕ ਮਹਿੰਦਰਾ ਬੈਂਕ ਦੇ ਵਿੱਚ ਇਹਨਾਂ ਦੇ ਵੱਲੋਂ ਦਾਖਲ ਹੋ ਕੇ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹਨਾਂ ਦੇ ਵੱਲੋਂ ਮੌਕੇ ਤੋਂ ਕੈਸ਼ ਚੋਰੀ ਨਹੀਂ ਹੁੰਦਾ, ਤਾਂ ਇਹ ਉੱਥੇ ਲੱਗਿਆ ਏਸੀ ਨੂੰ ਹੀ ਪੱਟ ਕੇ ਲੈ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਤਾਂ ਪੁਲਿਸ ਦੇ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ 4 ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਮੌਕੇ ਤੋਂ ਚੋਰੀ ਕੀਤੇ ਹੋਏ 2 ਏਸੀ ਬਰਾਮਦ ਕਰ ਲਏ ਗਏ ਨੇ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਪੂਰਾ ਮਾਮਲਾ
ਖੰਨੇ ਤੋਂ ਸਾਹਮਣੇ ਆਇਆ ਜਿੱਥੇ ਏਟੀਐਮ ਦੇ ਵਿੱਚ ਇਹ ਚੋਰੀ ਕਰਨ ਦੇ ਲਈ ਚੋਰ ਵੜਦੇ ਨੇ ਤਾਂ ਮੌਕੇ ਤੋਂ ਇਹਨਾਂ ਤੋਂ ਕੈਸ਼ ਚੋਰੀ ਨਹੀਂ ਹੁੰਦਾ, ਜਿਸ ਤੋਂ ਬਾਅਦ ਉੱਥੇ ਏਸੀ ਲੱਗੇ ਹੁੰਦੇ ਨੇ ਤਾਂ ਇਹ ਏਸੀ ਨੂੰ ਹੀ ਪੱਟ ਕੇ ਲੈ ਜਾਂਦੇ ਨੇ। ਤਾਂ ਜਿਵੇਂ ਹੀ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਤਾਂ 24 ਘੰਟਿਆਂ ਦੇ ਅੰਦਰ ਪੁਲਿਸ ਦੇ ਵੱਲੋਂ 4 ਚੋਰਾਂ ਨੂੰ ਕਾਬੂ ਕਰ ਲਿਆ ਗਿਆ ਤੇ ਮਾਮਲਾ ਦਰਜ ਕਰ ਲਿਆ ਗਿਆ। ਕਿ ਕੱਲ ਰਾਤ 4 ਬੰਦਿਆਂ ਨੇ ਕੋਟਕ ਮਹਿੰਦਰਾ ਬੈਂਕ ਦੇ ਅੰਦਰ ਘੁਸ ਕੇ ਉਹਦਾ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ, ਉਹਦਾ ਵਾਲਟ ਤੋੜਨ ਦੀ ਕੋਸ਼ਿਸ਼ ਕੀਤੀ, ਉਸ ਵਿੱਚੋਂ ਨਾਕਾਮਯਾਬ ਰਹੇ। ਬਟ ਉਹਦੇ ਬੈਂਕ ਦੇ ਅੰਦਰੋਂ 2 ਏਸੀ ਅਤੇ 1 ਡੀਵੀਆਰ ਚੋਰੀ ਕਰਕੇ ਲੈ ਗਏ। ਜਦੋਂ ਅਸੀਂ ਆਸ ਪਾਸ ਇਮੀਡੀਏਟਲੀ ਪੁਲਿਸ ਪਾਰਟੀ ਪਹੁੰਚੇ ਅਤੇ ਪਹੁੰਚੇ ਆਸ ਪਾਸ ਤੋਂ CCTV ਕੈਮਰਾਜ ਚੈੱਕ ਕੀਤੇ ਤਾਂ ਅਸੀਂ CCTV ਕੈਮਰਾ ਦੇ ਅੰਦਰ ਇੱਕ ਅਸੀਂ ਜਿਹੜਾ ਉੱਥੇ ਦੋਸ਼ੀ ਸੀ ਉਹਨੂੰ ਪਹਿਚਾਣਿਆ। ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਉਹਦਾ 109 ਦਾ ਕਲੰਦਰਾ ਤਿਆਰ ਕਰਕੇ ਉਹਨੂੰ ਜੇਲ੍ਹ ਭੇਜਿਆ ਸੀਗਾ। ਉਸਦਾ ਨਾਮ ਸੀ ਰਿੰਕੂ, ਸਨ ਆਫ ਵਿਜੇ ਕੁਮਾਰ, ਰੈਜੀਡੈਂਟ ਆਫ ਦਰਾਹਾ। ਪੁਲਿਸ ਪਾਰਟੀ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਉਹਨੂੰ ਫੜ ਲਿਆ ਅਤੇ ਉਹਦੀ ਫਰਦਰ ਇੰਟੈਰੋਗੇਸ਼ਨ 'ਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਜਿਹੜੇ 3 ਸਾਥੀ ਸੀ ਉਹਨਾਂ ਦੇ ਨਾਮ ਹੈਗੇ ਨੇ ਅਰੁਣ ਕੁਮਾਰ, ਸਨ ਆਫ ਇੰਦਰਜੀਤ ਸਿੰਘ, ਰੈਜੀਡੈਂਟ ਆਫ ਸਤਨਾਮ ਨਗਰ ਦਰਾਹਾ, ਸਾਹਿਲ, ਸਨ ਆਫ ਬੁੱਲੇ ਕੁਮਾਰ, ਰੈਜੀਡੈਂਟ ਆਫ ਦਰਾਹਾ, ਸੋਨੂ ਕੁਮਾਰ, ਸਨ ਆਫ ਨਰੇਸ਼ ਸਾਹ, ਰੈਜੀਡੈਂਟ ਆਫ ਸਤਨਾਮ ਨਗਰ ਦਰਾਹਾ। ਦਰਾਹਾ ਪੁਲਿਸ ਨੇ ਇਮੀਡੀਏਟਲੀ ਐਕਟ ਕਰਦੇ ਤਿੰਨਾਂ ਨੂੰ ਵੀ ਫੜਿਆ ਅਤੇ ਜੋ ਉਹਨਾਂ ਦਾ ਸਮਾਨ ਚੋਰੀ ਕੀਤਾ ਸੀ 2 ਏਸੀ ਅਤੇ DVR ਉਸ ਇਮੀਡੀਏਟਲੀ ਬਰਾਮਦ ਕਰ ਲਿਆ। ਇਸ ਤੋਂ ਬਾਅਦ ਇਹਨਾਂ ਉੱਤੇ FIR 51 ਅੰਡਰ ਸੈਕਸ਼ਨ 380, 457, 427, 511 IPC ਲਾਂਚ ਕੀਤੀ ਗਈ ਜੀ। ਰਿੰਕੂ ਅਤੇ ਸੋਨੂ ਉੱਤੇ ਪਹਿਲਾਂ ਆਲਰੇਡੀ ਮੁਕੱਦਮੇ ਦਰਜ ਹਨ। ਅਰੁਣ ਅਤੇ ਸਾਹਿਲ ਦਾ ਅਸੀਂ ਫਰਦਰ ਹਜੇ ਤਫਤੀਸ਼ ਕਰ ਰਹੇ ਹਾਂ ਜੀ। ਅੱਜ ਇਹਨਾਂ ਦਾ ਰਿਮਾਂਡ ਲਿੱਤਾ ਜਾ ਰਿਹਾ ਹੈ ਅਤੇ ਰਿਮਾਂਡ ਤੋਂ ਬਾਅਦ ਜੋ ਵੀ ਉਹ ਚੀਜ਼ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਪਹਿਲਾਂ ਕਿਸ ਕਿਸ ਚੋਰੀ 'ਚ ਇਨਵੋਲਵ ਹਨ।